ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ 294ਵਾਂ ਜਨਮ ਦਿਹਾੜਾ ਕਰਨਾਲ ਦੇ ਚਮਨ ਗਾਰਡਨ ਪਾਰਕ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ 4 ਗਤਕਾ ਪਾਰਟੀਆਂ ਨੇ ਹੈਰਾਨਕੁਨ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਮਨ ਜਿੱਤ ਲਿਆ। ਗਤਕਾ ਪ੍ਰਦਰਸ਼ਨ ਵਿੱਚ ਗੁਰਮੀਤ ਅਖਾੜਾ ਕਰਨਾਲ, ਦਸ਼ਮੇਸ਼ ਅਖਾੜਾ ਕਰਨਾਲ, ਬੀਰ ਖਾਲਸਾ ਦਲ ਕਰਨਾਲ ਅਤੇ ਬਾਬਾ ਦੀਪ ਸਿੰਘ ਅਖਾੜਾ ਨੀਲੋਖੇੜੀ ਵੱਲੋਂ ਸ਼ਸਤਰ ਵਿੱਦਿਆ ਦੇ ਜੌਹਰ ਵਿਖਾਏ ਗਏ। ਸਮਾਗਮ ਦੌਰਾਨ ਸਿੱਖ ਮਿਸ਼ਨ ਹਰਿਆਣਾ ਵੱਲੋਂ ਢਾਡੀ ਜਥਾ ਭਾਈ ਗੁਰਦੇਵ ਸਿੰਘ ਨੇ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ। ਇਸ ਸਮਾਗਮ ਦੌਰਾਨ ਰਾਮਗੜੀਆ ਬਰਾਦਰੀ ਦੇ ਲੋਕਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ ਹੇਠ ਰਾਮਗੜੀਆ ਮਿਸਲ ਨੇ ਬਾਕੀ ਮਿਸਲਾਂ ਨਾਲ ਮਿਲ ਕੇ ਸਿੱਖ ਪੰਥ ਦੀ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਸੀ। ਇੱਕ ਹੋਰ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪ੍ਰੋਗਰਾਮ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ, ਜਿਨ੍ਹਾਂ ਦੇ 294 ਜਨਮ ਦਿਹਾੜੇ ਨੂੰ ਸਮਰਪਿਤ ਹੈ। ਸਮੂਹ ਕਰਨਾਲ ਦੀ ਰਾਮਗੜੀਆ ਬਰਾਦਰੀ ਵੱਲੋਂ ਅੱਜ ਇਹ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਕੌਮ ਦੇ ਮਹਾਨ ਢਾਡੀ ਜਥੇ ਢਾਡੀ ਵਾਰਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਨਾਲ ਹੀ ਜੋ ਸਾਡੀਆਂ ਗੱਤਕੇ ਦੀਆਂ ਟੀਮਾਂ ਹਨ, ਨੌਜਵਾਨ ਬੱਚਿਆਂ ਦੀਆਂ, ਉਹਨਾਂ ਨੇ ਜੋ ਸ਼ਸਤਰ ਵਿੱਦਿਆ ਦੇ ਜ਼ੋਰ ਦਿਖਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸਾਡੇ ਕਰਨਾਲ ਤੋਂ ਹੀ ਗੱਤਕਾ ਦੀ ਸ਼ੁਰੂਆਤ ਕਰਨ ਵਾਲੇ ਜਥੇਦਾਰ ਭਗਵਾਨ ਸਿੰਘ ਜੀ, ਜਿਨ੍ਹਾਂ ਦੀ ਅੱਜ ਮਿੱਠੀ ਯਾਦ ਨੂੰ ਤਾਜ਼ਾ ਕਰਦੇ ਹੋਏ ਇਹ ਜੋ ਪ੍ਰੋਗਰਾਮ ਹੈ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਹੈ। ਮੈਂ ਅੱਜ ਦੇ ਇਸ ਪ੍ਰੋਗਰਾਮ 'ਤੇ ਸਮੂਹ ਰਾਮਗੜੀਆ ਬਰਾਦਰੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਰਨਾਲ ਦੀ ਸਮੂਹ ਰਾਮਗੜੀਆ ਬਰਾਦਰੀ ਔਰ ਕਰਨਾਲ ਦੀ ਪੂਰੀ ਸਿੱਖ ਸੰਗਤ, ਅਸੀਂ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਦਾ ਜਨਮ ਦਿਵਸ ਮਨਾ ਰਹੇ ਹਾਂ, ਜੋ ਕਿ 294ਵਾਂ ਜਨਮਦਿਨ ਦਿਵਸ ਹੈ। ਉਹਨਾਂ ਦੇ ਜਨਮ ਦਿਵਸ ਦੇ ਉਪਲਕਸ਼ਿਤ 'ਤੇ ਸਰਦਾਰ ਸਾਡੇ ਕਰਨਾਲ ਦੇ ਇੱਕ ਜਥੇਦਾਰ ਸਰਦਾਰ ਭਗਵਾਨ ਸਿੰਘ ਜੀ, ਜਿਨ੍ਹਾਂ ਨੇ ਕਰਨਾਲ ਦੇ ਅੰਦਰ ਗੱਤਕਾ ਸ਼ੁਰੂ ਕੀਤਾ ਸੀ, ਉਹਨਾਂ ਦੀ ਮਿੱਠੀ ਯਾਦ ਵਿੱਚ ਉਹਨਾਂ ਨੂੰ ਇਹ ਸਮਰਪਿਤ ਅਸੀਂ ਪ੍ਰੋਗਰਾਮ ਕਰਾਉਣ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਢਾਡੀ ਜਥੇ ਆਪਣੇ ਸਿੰਘਾਂ ਦੀਆਂ ਵਾਰਾਂ ਸੁਣਾ ਰਹੇ ਹਨ ਔਰ ਨਾਲ ਹੀ ਆਪਣੇ ਗੱਤਕਾ ਪਾਰਟੀਆਂ, ਜਿਹੜੀਆਂ ਕਿ 4 ਗੱਤਕਾ ਪਾਰਟੀਆਂ, ਉਹ ਆਪਣਾ ਪ੍ਰਦਰਸ਼ਨ ਕਰਨਗੀਆਂ। ਇਹ ਜਿਹੜਾ ਪ੍ਰਦਰਸ਼ਨ ਹੈ ਇਹ ਸਰਦਾਰ ਭਗਵਾਨ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਸਮਰਪਿਤ ਹੈ।
और ये प्रोग्राम असी हर साल इसी तरह ही वध चढ़ के करनाल की संगत नू नाल लेके और समूह रामगढ़िया बरादरी मिल के ये प्रोग्राम करते रहेंगे।